ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਮਹਾਪੁਰਖਾਂ ਦਾ ਝੂਠਾ ਪ੍ਰਸ਼ਾਦ ਭੋਜਨ ਖਾਣ ਦੇ ਨਾਲ ਉਸ ਜਗਿਆਸੂ ਦੇ ਅੰਦਰ ਇਹੋ ਜਿਹੀਆਂ ਕਿਹੜੀਆਂ ਤਬਦੀਲੀਆਂ ਆ ਜਾਂਦੀਆਂ ਜਿਸ ਦੇ ਨਾਲ ਉਹਦੀ ਜਿਹੜੀ ਪ੍ਰੇਮ ਦੀ ਅਵਸਥਾ ਹੈ ਉਸ ਸਿਖਰਾਂ ਦੇ ਉੱਤੇ ਪਹੁੰਚ ਜਾਂਦੀ ਆ ਦਾਸ ਅੱਜ ਇਸੇ ਹੀ ਵਿਸ਼ੇ ਦੇ ਉੱਤੇ ਇਸ ਝੂਠੇ ਭੋਜਨ ਦੇ ਵਰਤਾਰੇ ਦਾ ਇੱਕ ਤਿਲ ਮਾਤਰ ਵਿਚਾਰ ਆਪਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਜਿਵੇਂ ਆਪਾਂ ਪ੍ਰਾਤਨ ਸਮੇਂ ਦੇ ਵਿੱਚ ਦੇਖਦੇ ਆ ਕਿ ਸੰਸਾਰ ਦੇ ਵਿੱਚ ਜਿਹੜੀ ਝੂਠ ਹਾ ਨਾ ਉਸ ਝੂਠ ਨੂੰ ਖਾਣ ਦੇ ਜੋ ਢੰਗ ਤਰੀਕੇ ਹੈ ਉਹ ਸਾਡੇ ਆਪਣੇ ਜੋ ਸਵਾਰਥ ਹਨ ਉਹਦੇ ਉੱਤੇ ਹੁੰਦੇ ਆ ਪਰ ਦੇਖੋ ਇਹ ਤਾਂ ਹੈ ਸੰਸਾਰ ਦੀਆਂ ਗੱਲਾਂ ਪਰ ਮਹਾਪੁਰਖਾਂ ਦੇ ਅੰਦਰ ਇਹ ਝੂਠ ਸੰਸਾਰੀ ਝੂਠ ਨਹੀਂ ਹੈ ਇਹ ਉਹ ਚੀਜ਼ ਵਾ ਜਿਹੜੀ ਉਸ ਪ੍ਰੇਮ ਦੀ ਸਿਖਰ ਦੀ ਬਸਤਾ ਹੈ ਇਸੇ ਕਰਕੇ ਪਰਮਾਰਥ ਦੀ ਨਜ਼ਰ ਦੇ ਵਿੱਚ ਇਸ ਨੂੰ ਝੂਠ ਨਹੀਂ ਇਸ ਨੂੰ ਤਾਂ ਸੀਤ ਪ੍ਰਸ਼ਾਦ ਸਮਝਿਆ ਜਾਂਦਾ ਹੈ ਔਰ ਜਿਹੜੇ ਗੁਰਮੁਖ ਪਿਆਰੇ ਇਸ ਪ੍ਰੇਮ ਦੀਆਂ ਸਿਖਰਾਂ ਨੂੰ ਛੋਂਦੇ ਆ ਉਹੀ ਇਸ ਖੇਡ ਨੂੰ ਖੇਡ ਸਕਦੇ ਆ ਦੂਸਰਾ ਇਸ ਖੇਡ ਦਾ ਭਾਗੀ ਨਹੀਂ ਬਣ ਸਕਦਾ ਜਿਵੇਂ ਆਪਾਂ ਦੇਖਦੇ ਆ ਕਿ ਪ੍ਰਾਤਨ ਸਮੇਂ ਦੇ ਵਿੱਚ ਜਿਵੇਂ ਬੀਬੀ ਭੀਲਣੀ ਜਿਹਦਾ ਨਾਂ ਸ਼ਿਬਰੀ ਸੀਗਾ ਤੇ ਇਸ ਦੇ ਅੰਦਰ ਪ੍ਰੇਮ ਦੀਆਂ ਜਦ ਬਹੁਤ ਸਾਰੀਆਂ ਲਹਿਰਾਂ ਸਿਖਰਾਂ ਦੇ ਉੱਤੇ ਆਈਆਂ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਕੋਈ ਵੀ ਜਿਹੜੀ ਨੀਮੀ ਜਾਤ ਦੀ ਔਰਤ ਸੀ ਉਸ ਨੂੰ ਕਿਸੇ ਵੀ ਸੰਤਾਂ ਦੇ ਆਸ਼ਰਮ ਦੇ ਵਿੱਚ ਜਾਣ ਦੀ ਬੜੀ ਮਨਾਹੀ ਸੀ ਸੇਵਾ ਤਾਂ ਬਹੁਤ ਦੂਰ ਦੀ ਗੱਲ ਸੀ ਪਰ ਇਹਦੇ ਅੰਦਰ ਦੇਖੋ ਸੇਵਾ ਭਾਵਨਾ ਇੰਨੀ ਸੀ ਕਿਹਨੇ ਮਹਾਪੁਰਖਾਂ ਦੇ ਆਸ਼ਰਮ ਦੇ ਵਿੱਚ ਚੋਰੀ ਦੇਣੀ ਅੱਧੀ ਰਾਤ ਨੂੰ ਬਾਲਣ ਸਿੱਟਣਾ ਜਦ ਬਾਲਣ ਸਿੱਟਣਾ ਹੈਗਾ ਤੇ ਇਹ ਕੰਮ ਚੋਰੀ ਸ਼ਿਫੇ ਸ਼ੇਵਾ ਦੇ ਵਿੱਚ ਬੀਬੀ ਕਰਦੀ ਰਹੀ ਆ ਤਾਂ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਇੱਕ ਵਾਰ ਜਦੋਂ ਉਸੇ ਹੀ ਆਸ਼ਰਮ ਦੇ ਮਹਾਪੁਰਖ ਆਪਣੇ ਆਸ਼ਰਮ ਦੇ ਵਿੱਚ ਇਸ ਪਾਸੇ ਨਿਕਲੇ ਤੇ ਇੱਕ ਬਾਲਣ ਦਾ ਵੱਡਾ ਸਾਰਾ ਢੇਰ ਦੇਖ ਕੇ ਹੈਰਾਨ ਹੋ ਗਏ ਕਿਡਾ ਵੱਡਾ ਜਿਹੜਾ ਸੁੱਕਾ ਲੱਕੜੀਆਂ ਦਾ ਢੇਰ ਕਿਸ ਨੇ ਕੀਤਾ ਹੈਗਾ ਫੇਰ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਸ਼ਿਬਰੀ ਨਾਂ ਦੀ ਬੀਬੀ ਇਹ ਰਾਤ ਨੂੰ ਚੋਰੀ ਸੇਵਾ ਕਰਦੀ ਆ ਤੇ ਦੇਖੋ ਉਹੀ ਮਾਪੁਰਖ ਨੇ ਇਹਦਾ ਪ੍ਰੇਮ ਦੇਖ ਕੇ ਇਸ ਨੂੰ ਆਸ਼ਰਮ ਆਉਣ ਦੀ ਆਗਿਆ ਦਿੱਤੀ ਸੀ ਤੇ ਇਹ ਬੀਬੀ ਅੱਗੇ ਜਾ ਕੇ ਜਦੋਂ ਭਗਮਾਨ ਰਾਮਚੰਦਰ ਆਏ ਸੀ ਉਸ ਤੇ ਪ੍ਰੇਮ ਦੇ ਵਿੱਚ ਇੰਨੀ ਬਹਿਬਲ ਹੋਈ ਸੀ ਕਿ ਭਗਵਾਨ ਰਾਮਚੰਦਰ ਨੂੰ ਇਸ ਦੇ ਜਿਹੜੇ ਝੂਠੇ ਭੇਰ ਜੋ ਸੰਸਾਰ ਦੀ ਨਜ਼ਰ ਦੇ ਵਿੱਚ ਸਗੇ ਇਹ ਸੀਤ ਪ੍ਰਸ਼ਾਦ ਭਗਵਾਨ ਰਾਮਚੰਦਰ ਨੇ ਬੀਬੀ ਸ਼ਿਬਰੀ ਦਾ ਅਭਿਸ਼ਕਿਆ ਸਗਾ ਇਸ ਸ਼ਕਨ ਦੇ ਵਿੱਚ ਦੁਨੀਆ ਦੇ ਜਿਹੜੇ 36 ਪ੍ਰਕਾਰ ਦੇ ਭੋਜਨ ਹਨ ਉਹ ਬਿਲਕੁਲ ਫਿੱਕੇ ਪੈ ਗਏ ਸੀ ਇਹ ਹੈ ਇਸ ਯੂਠਣ ਦਾ ਜੋ ਸਵਾਦ ਵਾ ਜੋ ਅੰਮ੍ਰਿਤ ਰਸ ਵਾ ਉਸ ਨੂੰ ਉਹੀ ਮਾਣ ਸਕਦਾ ਹੈ ਜਿਹੜਾ ਇਸ ਸਿਖਰ ਪ੍ਰੇਮ ਦੀ ਜੋ ਲੀਲਾ ਹੈਗੀ ਆ ਉਹਦੇ ਵਿੱਚ ਆਪਣੇ ਆਪ ਨੂੰ ਮਗਨ ਸਮਝੇ ਇਸੇ ਤਰ੍ਹਾਂ ਸੀ ਭਗਵਾਨ ਕ੍ਰਿਸ਼ਨ ਦਾ ਵੀ ਦੇਖਦੇ ਆ ਕਿ ਜਦੋਂ ਬਿਦਰ ਦੀ ਘਰ ਵਾਲੀ ਨੇ ਭਗਵਾਨ ਕ੍ਰਿਸ਼ਨ ਨੂੰ ਦੇਖਿਆ ਸਗਾ ਜਦੋਂ ਉਹਦੇ ਘਰ ਅਚਨ ਚੇਤ ਭਗਵਾਨ ਕ੍ਰਿਸ਼ਨ ਜੀ ਆਏ ਸੀ ਤਾਂ ਦੇਖੋ ਉਸ ਟਾਈਮ ਉਹ ਪ੍ਰੇਮ ਦੇ ਵਿੱਚ ਆਪਣੀ ਪੂਰੀ ਸੁੱਧ ਬੁੱਧ ਭੁੱਲ ਗਏ ਸੀ ਤੇ ਦੇਖੋ ਜਦ ਕ੍ਰਿਸ਼ਨ ਭਗਵਾਨ ਨੂੰ ਉਹਨੇ ਕੇਲੇ ਖੁਲਾਈ ਸੀ ਤੇ ਕੇਲੇ ਦੀਆਂ ਜਗਾ ਉਹਦੀਆਂ ਜਿਹੜੀਆਂ ਛਿਲਕਾਂ ਸੀਗੀਆਂ ਹਨ ਉਹ ਹੀ ਕ੍ਰਿਸ਼ਨ ਭਗਵਾਨ ਛੱਗ ਗਏ ਸੀ ਭਾਵ ਇਹ ਹੈ ਕਿ ਜਿੱਥੇ ਨਾ ਪ੍ਰੇਮ ਉੱਥੇ ਭੋਜਨ ਦੀ ਜਿਸ ਨੂੰ ਅਸੀਂ ਝੂਠ ਆਖ ਦਿੰਦੇ ਹਾਂ ਅਸਰ ਦੇ ਵਿੱਚ ਇਹ ਸੀਤ ਪ੍ਰਸ਼ਾਦ ਇਹ ਬਹੁਤ ਹੀ ਵੱਡੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ ਜਿਵੇਂ ਅਸੀਂ ਕੱਲ੍ਹ ਦੀ ਧਰਮਰਾਜ ਦੀ ਗੱਲ ਕਰੀਏ ਕਿ ਦਸ਼ਮੇਸ਼ ਪਿਤਾ ਜੀ ਇੱਕ ਵਾਰ ਗੰਨੇ ਚ ਉਪਰੇ ਸੀ ਜਦ ਗੰਨੇ ਚ ਉਪਰੇ ਸੀ ਅਚਨ ਚ ਇੱਕ ਸਿੰਘ ਦੀ ਨਜ਼ਰ ਇਹਨਾਂ ਦੇ ਝੂਠੇ ਛਿਲਕੇ ਤੇ ਪਈ ਮਨ ਵਿੱਚ ਵਿਚਾਰ ਆਏ ਕਿ ਕਲਗੀਧਰ ਪਿਤਾ ਤਾਂ ਇਡੀ ਦਲੇਰੀ ਇੰਨੀਆਂ ਮੁਸ਼ਕਲ ਘਾਟੀਆਂ ਦੇ ਵਿੱਚ ਵੀ ਬੜੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ ਇਹਨਾਂ ਦੇ ਵਿੱਚ ਐਸੀ ਕਿਹੜੀ ਐਸੀ ਸ਼ਕਤੀ ਆ ਜੋ ਇਹਨਾਂ ਨੂੰ ਦਲੇਰੀ ਉਦਮ ਇਹ ਸਾਰਾ ਕੁਝ ਇਸੇ ਤਰ੍ਹਾਂ ਬਣਾ ਕੇ ਹਮੇਸ਼ਾ ਪ੍ਰਸੰਤਾ ਦੀ ਨਜ਼ਰ ਵਿੱਚ ਰੱਖਦੀ ਆ ਦੇਖੋ ਸੇ ਸਿੰਘ ਨੇ ਇਹਨਾਂ ਦਾ ਇੱਕ ਗੰਨੇ ਦਾ ਝੂਠਾ ਛਿਲਕਾ ਆਪਣੇ ਮੂੰਹ 'ਚ ਪਾ ਲਿਆ ਸੀ ਜਦ ਇਹ ਝੂਠਾ ਛਿਲੜ ਆਪਣੇ ਮੂੰਹ 'ਚ ਪਾ ਕੇ ਚੁੱਪਿਆ ਤਾਂ ਬਸ ਉਹਦੇ ਨਾਲ ਹੀ ਉਹਦਾ ਅੰਦਰ ਐਡਾ ਵੱਡਾ ਸ਼ਕਤੀ ਦੇ ਨਾਲ ਭਰ ਗਿਆ ਸੀਗਾ ਕਿ ਉਸ ਨੇ ਫਿਰ ਕਲਗੀਧਰ ਮਹਾਰਾਜ ਨੂੰ ਇਹੀ ਗੱਲ ਆਖ ਦਿੱਤੀ ਸੀ ਕਿ ਤੁਹਾਨੂੰ ਕਿਲੇ ਬਣਾਉਣ ਦੀ ਕੀ ਲੋੜ ਹੈ ਸਿੰਘਾਂ ਨੂੰ ਤਿਆਰ ਕਰਨ ਦੀ ਕੀ ਲੋੜ ਹੈ ਇਹ ਸਾਰਾ ਕੁਝ ਕਰਨ ਦੀ ਕੀ ਲੋੜ ਤੁਸੀਂ ਮੈਨੂੰ ਥੋੜਾ ਜਿਹਾ ਭੇਜੋ ਮੈਂ 1 ਮਿੰਟ ਦੇ ਵਿੱਚ ਇਹ ਸਾਰਾ ਖੇਡ ਨੂੰ ਪਲਟੀ ਕਰ ਸਕਦਾ ਹੈਗਾ ਦੇਖੋ ਉਹ ਹੀ ਸਿੰਘ ਕੱਲ੍ਹ ਕੀ ਧਰਮਵਾਰ ਦੇ ਗੰਨੇ ਦਾ ਛੱਲੜ ਦਾ ਝੂਠ ਆਪਣੇ ਰਸਨਾ ਦੇ ਵਿੱਚ ਪਾ ਕੇ ਐਡੀ ਭਾਰੀ ਸ਼ਕਤੀ ਦਾ ਮਾਲਕ ਹੋ ਗਿਆ ਤੇ ਪਰ ਉਹ ਤੋਂ ਇਹ ਸ਼ਕਤੀ ਜਰਨੀ ਹੋਈ ਤੇ ਮਹਾਰਾਜ ਹੱਸ ਕੇ ਕਹਿਣ ਲੱਗੇ ਕਿ ਕਹਿੰਦੇ ਭਾਈ ਲੱਗਦਾ ਹੈਗਾ ਕਿ ਤੂੰ ਬਹੁਤ ਬਹਾਦਰ ਹੈ ਜੋ ਇਹ ਥਾਪਨਾ ਦਿੱਤੀ ਮੁੜ ਕੇ ਫਿਰ ਦੇਖੋ ਉਹ ਹੀ ਜਿਹੜਾ ਸਿੰਘ ਸੀਗਾ ਮੁੜ ਕੇ ਫਿਰ ਪਹਿਲੇ ਵਾਲੀ ਹਾਲਤ ਵਿੱਚ ਹੋ ਗਿਆ ਸੋ ਕਹਿਣ ਤੋਂ ਭਾਵ ਇਹ ਆ ਕੇ ਜਿਨਨੇ ਝੂਠ ਛਕਣੀ ਆ ਨਾ ਉਹਨਾਂ ਨੂੰ ਇਸ ਝੂਠ ਨੂੰ ਸੰਭਾਲਣ ਦੀ ਜੋ ਸ਼ਕਤੀ ਆ ਉਹ ਵੀ ਇਹਨਾਂ ਦੇ ਨਿਮਰਤਾ ਦੇ ਭਾਂਡੇ ਦੇ ਵਿੱਚ ਹੋਣੀ ਚਾਹੀਦੀ ਆ ਸੋ ਜਿਨਾਂ ਨੇ ਇਹ ਨਿਮਰਤਾ ਦੇ ਭਾਂਡੇ ਵਿੱਚ ਆਪਣੀ ਇਹ ਸ਼ਕਤੀ ਪਾਈ ਆ ਅਸਲ ਦੇ ਵਿੱਚ ਪ੍ਰੇਮ ਦੀਆਂ ਸਿਖਰ ਛੋਟੇ ਦੀਆਂ ਅਵਸਥਾ ਨੂੰ ਉਹਨਾਂ ਨੇ ਹੀ ਮਾਨਿਆ ਹੈਗਾ ਇਸ ਕਰਕੇ ਭਾਈ ਇਹ ਜਿਹੜੀ ਝੂਠ ਜਿਹਨੂੰ ਸੀਤ ਪ੍ਰਸ਼ਾਦ ਗੁਰਮੁਖੀ ਦੇ ਬਚਾ ਕੇ ਦੇ ਆ ਇਹ ਬਿਰਲੇ ਬਿਰਲੇ ਇਨਸਾਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਵੇਂ ਸੰਗੀਤ ਦੇ ਬਹੁਤ ਵੱਡੇ ਗੁਰੂ ਉਸਤਾਦ ਜਿਨ੍ਹਾਂ ਦਾ ਨਾਮ ਹਰੀਦਾਸ ਜੀ ਸੀ ਹੁਣ ਸੰਤ ਜਿਹੜੇ ਹਰੀਦਾਸ ਸੀ ਇਹਨਾਂ ਦੇ ਸ਼ਗਿਰਦ ਤਾਨ ਸਿੰਘ ਗਵਈਆ ਹੋਇਆ ਲੇਕਿਨ ਇਹਨਾਂ ਦੇ ਇੱਕ ਹੋਰ ਸ਼ਗਿਰਦ ਜਿਹੜੇ ਤਾਨ ਸਿੰਘ ਗਵਈਏ ਦੇ ਬਰਾबरी ਸਾਰੇ ਰਾਗ ਰਾਗੜੀਆਂ ਦੇ ਬਿੱਜਾਂ ਨੂੰ ਜਾਣਦੇ ਸੀ ਉਹਨਾਂ ਦਾ ਨਾਮ ਸੀ ਬਿੱਜੂ ਬਾਵਰਾ ਇਹ ਜਿਹੜੇ ਬਿੱਜੂ ਬਾਵਰਾ ਸੀ ਆ ਆਪਣੇ ਗੁਰੂ ਹਰੀਦਾਸ ਦੇ ਪ੍ਰੇਮ ਦੇ ਵਿੱਚ ਇੰਨੇ ਮਸਤ ਹੋ ਗਏ ਸੀਗੇ ਕਿ ਇੱਕ ਵਾਰ ਇਹਨਾਂ ਨੇ ਕੀ ਦੇਖਿਆ ਕਿ ਜਿਹੜੇ ਸੰਤ ਹਰੀਦਾਸ ਹਨ ਜਦੋਂ ਭੋਜਨ ਛਕਦੇ ਆ ਥੋੜਾ ਜਿਹਾ ਭੋਜਨ ਲੈਂਦੇ ਆ ਪੱਤੜਾਂ ਦੇ ਵਿੱਚ ਜਦੋਂ ਪੱਤਲ 'ਚ ਥੋੜਾ ਜਿਹਾ ਭੋਜਨ ਛਕਦੇ ਆ ਉਸ ਤੋਂ ਬਾਅਦ ਫਿਰ ਉਹ ਪੱਤਲ ਜਿਹੜੇ ਹਨ ਖੁਦ ਆਪ ਇੱਕ ਜਗ੍ਹਾ ਜਾ ਕੇ ਰੱਖ ਦਿੰਦੇ ਆ ਇਸੇ ਤਰ੍ਹਾਂ ਇੱਕ ਦਿਨ ਜਦੋਂ ਭੋਜਨ ਛੱਕ ਕੇ ਹਟੇ ਤੇ ਜਿਹੜੇ ਬਿੱਜੂ ਬਾਬਰਾ ਇਹਨਾਂ ਦੇ ਸ਼ਾਗਿਰਦ ਸੀਗੇ ਇਹਨਾਂ ਨੂੰ ਭੋਜਨ ਬਾਰੇ ਪ੍ਰੇਮ ਨਾ ਛਕਦਾ ਦੇਖ ਕੇ ਬੜੇ ਨੀਜ ਦੇ ਨਾਲ ਇਹਨਾਂ ਵੱਲ ਤੱਕਦੇ ਰਹੇ ਪਰ ਜਿਉ ਹੀ ਗੁਰੂ ਹਰੀਦਾਸ ਜੀ ਨੇ ਉਹ ਪਤਲ ਛਕਿਆ ਉਸ ਤੋਂ ਬਾਅਦ ਇਹਨਾਂ ਨੇ ਅੱਗੇ ਹੱਥ ਕਰਕੇ ਬਿੱਜੂ ਬਾਬਰਾਂ ਨੂੰ ਜਦ ਪਤਲ ਮੰਗਿਆ ਤਾਂ ਫਿਰ ਤੁਸੀਂ ਦੇਖੋ ਕਿ ਗੁਰੂ ਹਰੀਦਾਸ ਜੀ ਨੇ ਸਮਝਿਆ ਵੀ ਚਲੋ ਅੱਗੇ ਤਾਂ ਮੈਂ ਪਤਲ ਬਾਹਰ ਛੱਡਦਾ ਹੈ ਚਲੋ ਇਹ ਮੇਰਾ ਸ਼ਗਿਰਦ ਹੈਗਾ ਪ੍ਰੇਮ ਰਸ ਦੇ ਵਿੱਚ ਪੂਰਾ ਗੜੁੱਤ ਹੋਇਆ ਇਸ ਨੂੰ ਪਤਲ ਦੇ ਦਿੰਦਾ ਉਹਨਾਂ ਨੇ ਆਪਣਾ ਜਿਹੜਾ ਝੂਠਾ ਪਤਲ ਸੀਗਾ ਉਹ ਬਿੱਜੂ ਬਾਬਰਾਂ ਨੂੰ ਦੇ ਦਿੱਤਾ ਸੀਗਾ ਜਦ ਆਪਣੀ ਸ਼ਗਿਰਦ ਬਿੱਜੂ ਬਾਬਰਾਂ ਨੇ ਪਤਲ ਲਿਆ ਉਸਨੇ ਜਾ ਕੇ ਕਿ ਕਿਤਾ ਕੇ ਸੁ ਪਤਲ ਬਿੱਜੂ ਜਿਹੜੀ ਥੋੜੀ ਜਿਹੀ ਕਿਣਕਾ ਮਾਟਰ ਜੋ ਝੂਠ ਜੋ ਸੀਤ ਪ੍ਰਸ਼ਾਦ ਬਚਿਆ ਸੀਗਾ ਉਹ ਸਾਣੇ ਹੀ ਪਤਲ ਬਿੱਜੂ ਬਾਬਰਾ ਜਿਹੜੇ ਸੀ ਬੜੇ ਪ੍ਰੇਮ ਦੇ ਨਾਲ ਛੱਕ ਗਏ ਜਦ ਸਾਣੇ ਹੀ ਪਤਲ ਉਹ ਸਾਰਾ ਜੋ ਸੀਤ ਪ੍ਰਸ਼ਾਦ ਸੀ ਬਿੱਜੂ ਬਾਬਰ ਨੇ ਛੱਕਿਆ ਸੀਗਾ ਤੇ ਇਸ ਤਰ੍ਹਾਂ ਕਰਦਿਆਂ ਨੂੰ ਸੰਗੀਤ ਦੇ ਮਹਾਨ ਗੁਰੂ ਹਰੀਦਾਸ ਜੀ ਨੇ ਉਹਨਾਂ ਨੂੰ ਤੱਕ ਲਿਆ ਸੀਗਾ ਜੋ ਤੱਕਿਆ ਸੀਗਾ ਤੇ ਬਸ ਇਸੇ ਹੀ ਤਕਣੀ ਦੇ ਵਿੱਚ ਉਹਨਾਂ ਦੇ ਅੰਦਰ ਇੰਨਾ ਪ੍ਰੇਮ ਗੁਰੂ ਹਰਿਦਾਸ ਜੀ ਦੇ ਜਾਗਿਆ ਸੀਗਾ ਕਿ ਉਸੇ ਟਾਈਮ ਜਦੋਂ ਪਤਲ ਛੱਕੇ ਹਟੇ ਤੇ ਬਿੱਜੂ ਬਾਬਰਾ ਦੇ ਅੰਦਰ ਜਿੰਨੀਆਂ ਵੀ ਜੜੀਆਂ ਰਾਗ ਰਗਣੀਆਂ ਸੀ ਹਨ ਉਹ ਸਿੱਧ ਹੋ ਗਈਆਂ ਸੀ ਉਹਨਾਂ ਦਾ ਗਿਆਨ ਹੋ ਗਿਆ ਸੀ ਐਸੀ ਕਿਰਪਾ ਦ੍ਰਿਸ਼ਟੀ ਸੰਗੀਤ ਦੇ ਮਹਾਨ ਗੁਰੂ ਹਰਿਦਾਸ ਜੀ ਨੇ ਕੀਤੀ ਸੀ ਇਸੇ ਤਰ੍ਹਾਂ ਇੱਕ ਮਹਾਤਮਾ ਹੋਇਆ ਇੱਕ ਵਾਰ ਉਹ ਜਿਹੜੇ ਮਹਾਤਮਾ ਸੀ ਹਨ ਕਿਸੇ ਸੰਗਤ ਦੇ ਵਿੱਚ ਪਰਵਚਨ ਕਰ ਰਿਹਾ ਸੀ ਜਦ ਪਰਵਚਨ ਕਰ ਰਿਹਾ ਸੀ ਤੇ ਸਾਰੀ ਸੰਗਤ ਦੇ ਵਿੱਚ ਇੱਕ ਜੋ ਜਗਿਆਸੂ ਬੈਠਾ ਹੋਇਆ ਸੀ ਉਹਨਾਂ ਦੇ ਪਰਵਚਨ ਸੁਣ ਰਿਹਾ ਸੀ ਉਹਨਾਂ ਮਹਾਪੁਰਖਾਂ ਦੇ ਪਰਵਚਨਾ ਤੋਂ ਇੰਨਾ ਪ੍ਰਭਾਵਿਤ ਹੋਇਆ ਸੀ ਉਹਦੇ ਮਨ ਦੇ ਵਿੱਚ ਵਿਚਾਰ ਆਈ ਕਿ ਇਹ ਜਿਹੜੇ ਮਹਾਪੁਰਖ ਹੋ ਆ ਹਨ ਇਹਨਾਂ ਦੀ ਵਿਵੇਕ ਬੁੱਧੀ ਵਿਵੇਕ ਗਿਆਨ ਇੰਨਾ ਸ਼੍ਰੇਸ਼ਟ ਹੈਗਾ ਕਿ ਮੈਨੂੰ ਇਹਨਾਂ ਦਾ ਜਿਹੜਾ ਹੈ ਨਾ ਝੂਠਾ ਪ੍ਰਸ਼ਾਦ ਹੈ ਇਹ ਜ਼ਰੂਰ ਛਕਣਾ ਚਾਹੀਦਾ ਹੈ ਤਾਂ ਜੋ ਮੇਰੇ ਅੰਦਰ ਜਿੰਨੇ ਵੀ ਜਿਹੜੇ ਇਹ ਪਾਪ ਹੈ ਸਾਰੇ ਧੋਤੇ ਜਾਣ ਤੇ ਮੇਰੀ ਵੀ ਅਵਸਥਾ ਇਸ ਤਰ੍ਹਾਂ ਦੀ ਬਣ ਜਵੇ ਜਦੋਂ ਪ੍ਰਵਚਨ ਸੁਣਦੇ ਆ ਸੁਣਦੇ ਆ ਉਸ ਵਿਅਕਤੀ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਆਏ ਪਰ ਜਦੋਂ ਮਹਾਂਪੁਰਖਾਂ ਨੇ ਆਪਣੇ ਪ੍ਰਵਚਨ ਸਮਾਪਤ ਕੀਤੇ ਉਸ ਤੋਂ ਬਾਅਦ ਉਸੇ ਹੀ ਅਸਥਾਨ ਦੇ ਉੱਤੇ ਜਦ ਉਹਨਾਂ ਮਹਾਂਪੁਰਖਾਂ ਨੇ ਭੋਜਨ ਛਕਿਆ ਤੇ ਉਹੀ ਹੀ ਲੜਕਾ ਜਿਹੜਾ ਮਹਾਂਪੁਰਖਾਂ ਦੇ ਪ੍ਰਵਚਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਸੀ ਪ੍ਰਸ਼ਾਦ ਛਕਦਿਆਂ ਉਹਨਾਂ ਵੱਲ ਦੇਖਦਾ ਰਿਹਾ ਤੇ ਉਹਦੇ ਮਨ ਦੇ ਵਿੱਚ ਆਇਆ ਕਿ ਜਦੋਂ ਪ੍ਰਸ਼ਾਦ ਛਕਣਗੇ ਤੇ ਇਹਨਾਂ ਦਾ ਜਿਹੜਾ ਝੂਠਾ ਪੱਤਲ ਵਾਹਨ ਮੈਂ ਉਹ ਚੱਕ ਕੇ ਆਪ ਲੈ ਕੇ ਜਾਵਾਂਗਾ ਦੇਖੋ ਜ्यों ਹੀ ਉਸ ਮਹਾਤਮਾ ਨੇ ਪ੍ਰਸ਼ਾਸ਼ਕਿਆ ਤੇ ਉਹਨਾਂ ਨੇ ਪ੍ਰਸ਼ਾਸ਼ਕਣ ਤੋਂ ਬਾਅਦ ਜਦੋਂ ਅਰਦਾਸ ਕੀਤੀ ਤਾਂ ਉਹ ਲੜਕਾ ਇਸ ਖੜੀਕ ਵਿੱਚ ਸਗਾ ਉਸਨੇ ਉਸੇ ਟਾਈਮ ਮਹਾਪੁਰਖਾਂ ਦਾ ਝੂਠਾ ਪਤਲ ਚੱਕ ਲਿਆ ਜਦ ਚੱਕਿਆ ਤਾਂ ਮਹਾਪੁਰਖਾਂ ਦੀ ਦ੍ਰਿਸ਼ਟੀ ਜਿਹੜੀ ਤਿਰਛੀ ਨਜ਼ਰ ਸੀ ਉਸ ਲੜਕੇ ਤੇ ਪਈ ਤੇ ਉਹ ਲੜਕਾ ਝੂਠਾ ਪਤਲ ਲੈ ਕੇ ਪਿੱਛੇ ਚਲੇ ਗਿਆ ਤੇ ਜਾ ਕੇ ਉਹਨੇ ਉਸੇ ਹੀ ਪਤਲ ਦੇ ਵਿੱਚ ਜਿਹੜੀ ਥੋੜੀ ਬਹੁਤ ਮਹਾਤਮਾ ਦੀ ਜਿਹੜੀ ਝੂਠ ਸੀ ਸੀਤ ਪ੍ਰਸ਼ਾਦ ਹੈਗਾ ਨਾ ਉਹ ਛਕ ਲਿਆ ਜਦ ਛਕਿਆ ਛਕਣ ਤੋਂ ਬਾਅਦ ਉਹੀ ਲੜਕਾ ਜਦ ਬਾਪਸ ਆਇਆ ਤੇ ਦੇਖੋ ਮਹਾਪੁਰਖਾਂ ਨੇ ਉਸ ਨੂੰ ਆਵਾਜ਼ ਮਾਰੀ ਆਵਾਜ਼ ਮਾਰ ਕੇ ਕਹਿਣ ਲੱਗੇ ਵੀ ਭਾਈ ਤੂੰ ਮੈਨੂੰ ਇਹ ਦੱਸ ਤੈ ਸਾਡਾ ਜਿਹੜਾ ਝੂਠਾ ਪਤਲ ਹੈਗਾ ਜੋ ਉਹਦੇ ਵਿੱਚ ਪ੍ਰਸ਼ਾਦ ਭੋਜਨ ਸੀਗਾ ਉਹ ਤੈ ਕਿਉਂ ਛਕਿਆ ਫਿਰ ਉਹ ਲੜਕਾ ਜਿਹੜਾ ਸੀ ਚੁੱਪ ਕਰ ਗਿਆ ਤੇ ਮਹਾਪੁਰਖ ਆਖਣ ਲੱਗੇ ਕਹਿੰਦੇ ਭਾਈ ਤੂੰ ਨਹੀਂ ਜਾਣਦਾ ਅਸੀਂ ਅਸਲ ਦੇ ਵਿੱਚ ਸੰਨਿਆਸੀ ਆ ਤੇ ਅਸੀਂ ਸੰਨਿਆਸੀ ਹੋਣ ਦੇ ਬਾਵਜੂਦ ਤੈਨੂੰ ਇਹ ਗੱਲ ਦੱਸ ਦਿੰਦੇ ਆ ਕਿ ਤੈਂ ਸਾਡਾ ਝੂਠਾ ਪੁਤਲ ਤੇ ਸ਼ੱਕ ਲਿਆ ਹੈਗਾ ਪਰ ਅੱਜ ਤੋਂ ਬਾਅਦ ਤੇਰੀ ਸ਼ਾਦੀ ਨਹੀਂ ਹੋ ਸਕਦੀ ਕਿਉਂ ਕਿ ਤੂੰ ਇੱਕ ਸੱਚੇ ਸੰਨਿਆਸੀ ਦਾ ਜੋ ਝੂਠਾ ਪੁਤਲੜਾ ਉਹ ਸ਼ੱਕਿਆ ਹੈਗਾ ਦੇਖੋ ਉਸ ਤੋਂ ਬਾਅਦ ਉਹ ਲੜਕਾ ਬੜਾ ਹੈਰਾਨ ਹੋਇਆ ਪਰ ਵਾਕਿਆ ਹੀ ਉਹਦੇ ਮਨ ਦੇ ਅੰਦਰ ਜਿਹੜੀ ਜੋ ਵਿਚਾਰ ਮਹਾਪੁਰਖਾਂ ਨੇ ਦੱਸੀ ਸੀ ਉਸੇ ਤਰ੍ਹਾਂ ਹੋਇਆ ਸੀਗਾ ਉਹ ਲੜਕਾ ਵੀ ਫਿਰ ਸਮਾਪਤ ਕੇ ਸਨੈੱਚੀ ਹੋ ਗਿਆ ਸੀਗਾ ਸੋ ਇਸ ਤਰ੍ਹਾਂ ਸੀ ਦੇਖਦੇ ਹਾਂ ਕਿ ਇੱਕ ਨਹੀਂ ਅਨੇਕਾਂ ਪ੍ਰਮਾਣ ਮਿਲਦੇ ਆ ਕਿ ਜਦੋਂ ਸੀਤ ਪ੍ਰਸ਼ਾਦ ਸ਼ਕਨ ਦੇ ਨਾਲ ਜਦੋਂ ਮਹਾਪੁਰਖਾਂ ਦੀ ਕਿਰਪਾ ਹੁੰਦੀ ਆ ਐਸੀ ਕਿਰਪਾ ਜਿਹੜੀ ਕਈਆਂ ਵਰਸਾਂ ਦੇ ਹੱਥ ਜਪ ਤਪ ਦੇ ਨਾਲ ਵੀ ਆਦਮੀ ਨੂੰ ਨਸੀਬ ਨਹੀਂ ਹੁੰਦੀ ਉਹ ਕਿਰਪਾ ਇਹਨਾਂ ਝੂਠੇ ਦੇ ਜੋ ਪ੍ਰਸ਼ਾਦੇ ਆ ਉਹਨਾਂ ਦੇ ਵਿੱਚੋਂ ਸ਼ਕਨਾ ਪ੍ਰਾਪਤ ਹੋ ਜਾਂਦੀ ਹੈ ਇੱਕ ਵਾਰ ਅਸੀਂ ਦੇਖਦੇ ਹਾਂ ਭਾਈ ਸਾਹਿਬ ਭਾਈ ਵੀਰ ਸਿੰਘਾਂ ਦੀ ਜ਼ਿੰਦਗੀ ਚੋਂ ਦਾ ਕਿ ਇੱਕ ਸਿੱਖ ਬੀਬੀ ਉਸ ਦੀ ਇੱਕ ਸਹੇਲੀ ਜਿਹੜੀ ਉਹਨਾਂ ਟਾਈਮਾਂ 'ਚ ਲਾਹੌਰ ਰਹਿੰਦੀ ਸੀ ਭਾਈ ਸਾਹਿਬ ਭਾਈ ਵੀਰ ਸਿੰਘਾਂ ਦੇ ਦਰਸ਼ਨ ਕਰਨ ਅਮਰਸਾ ਰੈਣ। ਜਦ ਅਮਰਸਾ ਰੈਣਿਆ ਤੇ ਇੱਥੇ ਹਨ ਭਾਈ ਵੀਰ ਸਿੰਘ ਉਹਨਾਂ ਨੇ ਕਾਫੀ ਜਿਹੜੇ ਸੀ ਪ੍ਰਵਚਨ ਸੰਗਤਾਂ ਨਾ ਕੀਤੇ। ਉਸ ਤੋਂ ਬਾਅਦ ਜਦੋਂ ਸੰਗਤ ਜਾਣ ਲੱਗੀ ਤਾਂ ਭਾਈ ਸਾਹਿਬ ਭਾਈ ਵੀਰ ਸਿੰਘਾਂ ਨੇ ਸਾਰੀ ਸੰਗਤ ਨੂੰ ਜਿਹੜਾ ਸੀਗਾ ਉਹ ਪ੍ਰਸ਼ਾਦ ਵਰਤਾਇਆ। ਜਦ ਪ੍ਰਸ਼ਾਦ ਵਰਤਾਇਆ ਤਾਂ ਉਹ ਜਿਹੜੀ ਲਾਹੌਰ ਦੀ ਬੀਬੀ ਹਿੰਦੂ ਸੀਗੀ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਨੇ ਜਦੋਂ ਉਹਦੇ ਵੱਲ ਪ੍ਰਸ਼ਾਦ ਕੀਤਾ ਤਾਂ ਕਹਿਣ ਲੱਗੀ ਕਿ ਅੱਜ ਮੈਂ ਪ੍ਰਸ਼ਾਦ ਨਹੀਂ ਲੈਣਾ ਕਿਉਂਕਿ ਮੇਰਾ ਕਿ ਜ਼ਿੰਦਗੀ ਦਾ ਨੀਮ ਹੈਗਾ ਕਿ ਜਦ ਤੱਕ ਮੈਂ ਆਪਣੇ ਘਰ ਦੇ ਵਿੱਚ ਰੱਖੇ ਦੇਵੀ-ਦੇਵਤੇ ਦੀਆਂ ਮੂਰਤੀਆਂ ਨੂੰ ਭੋਗ ਨਹੀਂ ਲਵਾ ਲੈਂਦੀ ਤਦ ਤੱਕ ਮੈਂ ਪ੍ਰਸ਼ਾਦ ਨਹੀਂ ਸ਼ੱਕਦੇ ਜਦ ਇਨੀ ਗੱਲ ਹੋਈ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੇ ਮੂੰਹੋਂ ਅਚਾਨਕ ਜਿਹੜਾ ਸੀ ਉਸ ਨੂੰ ਜਿਹੜਾ ਨਿਕਲਿਆ ਉਹ ਕਹਿਣ ਲੱਗੇ ਬੀਬਾ ਤੂੰ ਕਿਸੇ ਚੀਜ਼ ਦਾ ਕੋਈ ਫਿਕਰ ਨਾ ਕਰ ਉਹ ਦੇਵੀ-ਦੇਵਤਿਆਂ ਦੀ ਜਿਹੜੀਆਂ ਮੂਰਤੀਆਂ ਉਹਨਾਂ ਨੂੰ ਭੋਗ ਲੱਗ ਚੁੱਕਾ ਹੈਗਾ ਪਰ ਜਦ ਇੰਨੀ ਗੱਲ ਹੋਈ ਤਾਂ ਉਹ Hindu ਜਿਹੜੀ ਬੀਬੀ ਸੀ ਉਹ ਭਾਈ ਸਾਹਿਬ ਨੂੰ ਕਹਿਣ ਲੱਗੀ ਕਿ ਮੈਨੂੰ ਪਤਾ ਹੈਗਾ ਮੈਂ ਰੋਜ਼ ਹੀ ਘਰ ਦੇ ਵਿੱਚ ਭੋਗ ਲਾਉਣੀ ਆ ਕਿਉਂਕਿ ਮੇਰੀਆਂ ਬੱਚੀਆਂ ਤਾਂ ਦੋ ਛੋਟੀਆਂ ਹੈਗੀਆਂ ਭੋਗ ਦੇਵੀ-ਦੇਵਤਿਆਂ ਦੀ ਮੂਰਤੀ ਨੂੰ ਕਿਸੇ ਨੇ ਲਵਾਉਣਾ ਹੈਗਾ ਇਸ ਕਰਕੇ ਮੈਂ ਇਹ ਪ੍ਰਸ਼ਾਦ ਰੱਖ ਲੈਣੀ ਆ ਜਾਂ ਕਿ ਮੈਂ ਮੂਰਤੀਆਂ ਨੂੰ ਭੋਗ ਲਵਾਉਂਗੀ ਉਸ ਤੋਂ ਬਾਅਦ ਫਿਰ ਇਹ ਟਾੜਾ ਪ੍ਰਸ਼ਾਦ ਜਿਹੜਾ ਹੈ ਨਾ ਇਹ ਆਪਣੇ ਮੁਖ ਚ ਪਾਉਂਗੀ ਇਹ ਕਿਆ ਕੇ ਬੀਬੀ ਦੇਖੋ ਉਹ ਲਾਹੌਰ ਗਈ ਜਦ ਲਾਹੌਰ ਆਪਣੇ ਘਰ ਪਹੁੰਚੀ ਤਾਂ ਉਹਨੇ ਕੀ ਦੇਖਿਆ ਕਿ ਬਾਕੀ ਜਿਹੜੀਆਂ ਪੂਜਾ ਸਥਾਨ ਤੇ ਰੱਖੀਆਂ ਮੂਰਤੀਆਂ ਸੀ ਉਹਨਾਂ ਨੂੰ ਭੋਗ ਲੱਗ ਚੁੱਕਾ ਸੀਗਾ ਇਹ ਦੇਖ ਕੇ ਉਹ ਬੀਬੀ Hindu ਬੜੀ ਹੈਰਾਨ ਹੋਈ ਫਿਰ ਉਹਨੇ ਆਪਣੇ ਪਤੀ ਨੂੰ ਪੁੱਛਿਆ ਕਿ ਇਸ ਮੂਰਤੀਆਂ ਬੀਬੀ ਇਹ ਜਿਹੜੇ ਠਾਕਰ ਮੇਰੇ ਘਰ ਦੇ ਵਿੱਚ ਦੇਵੀਆਂ ਇਹਨਾਂ ਨੂੰ ਭੋਗ ਕੌਣ ਲਵਾ ਗਿਆ ਤਾਂ ਫਿਰ ਉਸੇ ਹੀ ਬੀਬੀ ਦੇ ਪਤੀ ਨੇ ਦੱਸਿਆ ਸੀਗਾ ਕਿ ਆਪਣੀ ਜਿਹੜੀ ਵੱਡੀ ਲੜਕੀ ਛੋਟੀ ਆ ਹਨ ਤੇ ਕਹਿੰਦੇ ਵੀ ਉਹ ਮੈਨੂੰ ਕਹਿਣ ਲੱਗੇ ਕਿ ਮਾਤਾ ਜੀ ਦਾ ਪਤਾ ਨਹੀਂ ਸ਼ਾਇਦ ਅੰਮ੍ਰਿਤਸਰ ਗਏ ਉਹ ਲੇਟ ਹੋਣ ਇਸ ਕਰਕੇ ਅਸੀਂ ਸਕੂਲੇ ਵੀ ਜਾਣਾ ਤੇ ਪਿਤਾ ਜੀ ਤੁਸੀਂ ਕੰਮ ਤੇ ਵੀ ਜਾਣਾ ਤੇ ਮੈਂ ਇਹਨਾਂ ਮੂਰਤੀਆਂ ਨੂੰ ਭੋਗ ਲਵਾ ਦੂੰਗੀ ਤੇ ਕਹਿੰਦੇ ਫਿਰ ਮੈਂ ਆਪਣੀ ਬੇਟੀ ਨੂੰ ਪੁੱਛਿਆ ਸਗਾ ਕਿ ਇਹ ਜਿਹੜਾ ਭੋਗ ਆ ਤੇਰੀ ਮਾਤਾ ਜੀ ਲਵਾਉਂਦੇ ਆ ਇਹ ਤੂੰ ਕਿਵੇਂ ਲਵਾਉਂਗੀ ਫਿਰ ਇਹ ਕਹਿੰਦੇ ਵੀ ਸਾਡੀ ਜਿਹੜੀ ਵੱਡੀ ਬੇਟੀ ਕਹਿਣ ਲੱਗੀ ਕਿ ਮੈਂ ਮਾਤਾ ਜੀ ਨੂੰ ਰੋਜ਼ ਭੋਗ ਲਵਾਉਣੀ ਹੈ ਇਹਨਾਂ ਦੀਵੀਆਂ ਨੂੰ ਦੇਖਿਆ ਹੈਗਾ ਜਿਸ ਤਰ੍ਹਾਂ ਉਹ ਭੋਗ ਲਪੋਂਦੀ ਇਸ ਤਰ੍ਹਾਂ ਮੈਂ ਮਿਲਵਾ ਦੂੰਗੀ ਤੇ ਇਸੇ ਤਰ੍ਹਾਂ ਦੇਖੋ ਉਸ ਵੱਡੀ ਬੇਟੀ ਨੇ ਆਪਣੀ ਮਾਤਾ ਦੀ ਜਗਾ ਇਹਨਾਂ ਮੂਤੀਆਂ ਨੂੰ ਭੋਗ ਲਵਾਤਾ ਸੀਗਾ ਉਸ ਤੋਂ ਬਾਅਦ ਫਿਰ ਸਾਰਾ ਜਿਹੜਾ ਕੰਮ ਸੀਗਾ ਘਰ ਦਾ ਉਹ ਨਿਬੜ ਕੇ ਬੱਚੇ ਆਪਣੇ ਕੰਮ ਤੇ ਚੱਲ ਗਏ ਸੀ ਤੇ ਉਹਦਾ ਪਤੀ ਆਪਣੇ ਕੰਮ ਤੇ ਚੱਲ ਗਿਆ ਸੀ ਜਦੋਂ ਹਿੰਦੂ ਬੀਬੀ ਨੇ ਆਪਣੇ ਪਤੀ ਤੋਂ ਇਸ ਤਰ੍ਹਾਂ ਭੋਗ ਲਾਉਣ ਦੀ ਇਹ ਸਾਰੀ ਜੋ ਕਿਰਿਆ ਸੀ ਕਿ ਸੁਣੀ ਤੋਂ ਹੈਰਾਨ ਰਹਿ ਗਈ ਤਾਂ ਫਿਰ ਉਹ ਆਪਣੀ ਪਤੀ ਨੂੰ ਕਹਿਣ ਲੱਗੀ ਕਿ ਮੈਨੂੰ ਭਾਈ ਸਾਹਿਬ ਭਾਈ ਵੀਰ ਸੋਹਣ ਨੇ ਕਿਹਾ ਸੀਗਾ ਕਿ ਤੁਸੀਂ ਪ੍ਰਸ਼ਾਦ ਛਕ ਲਓ ਕਿਉਂਕਿ ਮੂਰਤੀਆਂ ਨੂੰ ਭੋਗ ਲੱਗ ਚੱਕਿਆ ਹੈ ਪਰ ਮੈਂ ਉਹਨਾਂ ਦਾ ਪ੍ਰਸ਼ਾਦ ਨਹੀਂ ਛਕਿਆ ਮੇਤੋਂ ਬਹੁਤ bari ਗਲਤੀ ਹੋ ਗਈ ਹੁਣ ਮੈਂ ਦੁਬਾਰਾ ਫੇਰ ਹੁਣੇ ਇਸੇ ਟਾਈਪ ਅੰਮ੍ਰਿਤਸਰ ਜਾਉਂਗੀ ਤਾਂ ਭਾਈ ਸਾਹਿਬ ਭਾਈ ਵੀਰ ਸੋਹਣ ਤੋਂ ਮਾਫੀ ਮੰਗ ਕੇ ਆਵਾਂਗੀ ਦੇਖੋ ਫਿਰ ਉਹ ਬੀਬੀ ਜਿਹੜੀ ਸੀ ਆਪਣੀ ਸਹੇਲੀ ਸਖ ਬੀਬੀ ਨਾਲ ਨਾਲ ਲੈ ਕੇ ਭਾਈ ਸਾਹਿਬ ਦੇ ਦੁਆਰਾ ਫਿਰ ਗ੍ਰਹਿ ਵਿਖਿਆਈ ਸੀ ਫਿਰ ਉਹਨੇ ਸਾਰੀ ਗੱਤਨ ਜਿਹੜੀ ਸੀ ਭਾਈ ਸਾਹਿਬ ਨੂੰ ਦੱਸੀ ਸੀ ਤੇ ਭਾਈ ਸਾਹਿਬ ਨੇ ਕਹਿਣ ਲੱਗੇ ਕਿ ਤੁਸੀਂ ਮੈਨੂੰ ਕਿਹਾ ਸੀਗਾ ਕਿ ਦੇਵੀ ਦੇਵਤਿਆਂ ਨੇ ਭੋਗ ਲਾ ਲਿਆ ਹੈ ਤੁਹਾਨੂੰ ਕਿਵੇਂ ਪਤਾ ਸੀਗਾ ਕਿ ਦੇਵੀ ਦੇਵਤਿਆਂ ਨੇ ਭੋਗ ਲਾ ਲਿਆ ਕੀ ਤੁਹਾਡੀ ਦ੍ਰਿਸ਼ਟੀ ਦੇ ਵਿੱਚ ਇਹ ਸਾਰਾ ਜਿਹੜਾ ਸੀਨ ਸੀਗਾ ਫਿਲਮ ਵਾਂਗੂ ਆ ਗਿਆ ਸੀ ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਕਹਿਣ ਲੱਗੇ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਬਸ ਮੇਰੇ ਮੂੰਹੋਂ ਚਾਹ ਨਿਕਲਿਆ ਜਿਵੇਂ ਇਸ ਤਰ੍ਹਾਂ ਲੱਗਦਾ ਜਿਵੇਂ ਪਰਮੇਸ਼ਰ ਨੇ ਮੇਰੀ ਰਸਨਾ ਤੇ ਬੈ ਕੇ ਤੈਨੂੰ ਇਹ ਗੱਲ ਦੱਸ ਦਿੱਤੀ ਕਿ ਦੇਵੀ ਦੇਵ ਤੈਨੂੰ ਭੋਗ ਲੱਗ ਚੁੱਕਾ ਹੈਗਾ ਪਰ ਫਿਰ ਉਹ ਬੀਬੀ ਜਿਹੜੀ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੇ ਪਿਆਰ ਦੇ ਵਿੱਚ ਇੰਨੀ ਜਲਾ ਬੇਬਲ ਹੋਈ ਸੀ ਤੇ ਭਾਈ ਸਾਹਿਬ ਹੁਣਾਂ ਨੂੰ ਕਹਿਣ ਲੱਗੀ ਸੀ ਕਿ ਤੁਸੀਂ ਮੈਨੂੰ ਆਪਣਾ ਹਨਾ ਸੀਤ ਪ੍ਰਸ਼ਾਦ ਸ਼ਿਕਾਓ ਜਦ ਤੱਕ ਮੈਂ ਤੁਹਾਡਾ ਸੀਤ ਪ੍ਰਸ਼ਾਦ ਨਹੀਂ ਸ਼ਕੂਗੀ ਤੇ ਮੈਨੂੰ ਲੱਗਦਾ ਕਿ ਇਹ ਜਿਹੜੀ ਭੁੱਲ ਮੇਤ ਹੋ ਗਈ ਹੈ ਕਦੀ ਮਾਫ ਨਹੀਂ ਹੋ ਸਕਦੀ ਪਰ ਭਾਈ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਕਿਸੇ ਨੂੰ ਆਪਣਾ ਸੀਤ ਪ੍ਰਸ਼ਾਦ ਨਹੀਂ ਸ਼ਿਕਾਉਂਦੇ ਹਾਂ ਕਿਉਂਕਿ ਸੀਤ ਪ੍ਰਸ਼ਾਦ ਤੱਕ ਕੇਵਲ ਤੇ ਕੇਵਲ ਉਸ ਨਿਰੰਕਾਰ ਦਾ ਜਿਹੜੀ ਸਾਰੀ ਸੰਗਤ ਛਕਦੀ ਆ ਉਹ ਹੀ ਪ੍ਰਾਪਤ ਹੁੰਦਾ ਹੈ ਤੇ ਫਿਰ ਭਾਈ ਸਾਹਿਬ ਨੇ ਸਮਝਾਇਆ ਸੀਗਾ ਕਿ ਜਦੋਂ ਅਸੀਂ ਦੇਗ ਬਣਾਉਂਦੇ ਆ ਉਸ ਟਾਈਮ ਸ੍ਰੀ ਸਾਹਿਬ ਦੇ ਨਾਲ ਜਿਹੜਾ ਭੋਗ ਲਵਾਇਆ ਜਾਂਦਾ ਹੈਗਾ ਉਹੀ ਅਸਲ ਦੇ ਵਿੱਚ ਸੀਤ ਪ੍ਰਸ਼ਾਦ ਹੈਗਾ ਤੇ ਇਹ ਸਾਰਾ ਜਿਹੜਾ ਸੀਤ ਪ੍ਰਸ਼ਾਦ ਹੈਗਾ ਇਹ ਉਸ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਇਹ ਸਾਰੀਆਂ ਸੰਗਤਾਂ ਨੂੰ ਕਿਰਪਾ ਰੂਪੀ ਪ੍ਰਸ਼ਾਦ ਦੇ ਰੂਪ ਦੇ ਵਿੱਚ ਮਿਲਦਾ ਹੈਗਾ ਇਹ ਕਹਿ ਕੇ ਫਿਰ ਉਹ ਬੀਬੀ ਨੇ ਤਸੱਲੀ ਹੋਈ ਸੀ ਫਿਰ ਉਹ ਦੁਬਾਰਾ ਫੇਰ ਲਾਹੌਰ ਗਈ ਸੀ ਸੋ ਕਹਿਣ ਤੋਂ ਪਾਵੇ ਆ ਕਿ ਜਿਨ੍ਹਾਂ ਨੇ ਇਸ ਸੀਤ ਪ੍ਰਸ਼ਾਦ ਦੀ ਮਹੱਤਤਾ ਨੂੰ ਸਮਝ ਲਿਆ ਹੈਗਾ ਉਹਨਾਂ ਨੂੰ ਪਤਾ ਹੈਗਾ ਕਿ ਇਹ ਪ੍ਰੇਮ ਦੀ ਸਿਖਰ ਦੀ ਅਵਸਥਾ ਹੈਗੀ ਆ ਤੇ ਜਿਹੜੀਆਂ ਰੂਹਾਂ ਇਸ ਪ੍ਰੇਮ ਦੀ ਸਿਖਰ ਦੀ ਅਵਸਥਾ ਦੇ ਵਿੱਚ ਵਿਚਰਦੀਆਂ ਹੈਗੀਆਂ ਉਹ ਹੀ ਇਸ ਸੀਤ ਪ੍ਰਸ਼ਾਦ ਦੇ ਜੂਠਣ ਦਾ ਜੋ ਫਲ ਹੈਗਾ ਉਸ ਨੂੰ ਮਾਣ ਸਕਦੀਆਂ ਤੇ ਆਪਣਾ ਲੋਕ ਤੇ ਪਰਲੋਕ ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਲੱਖ ਖੁਸ਼ੀਆਂ ਲੱਖ ਪਤਸ਼ੀਆਂ ਦੇ ਘਰ ਦੇ ਵਿੱਚ ਜਾ ਸਕਦੀਆਂ ਸੋ ਦਸ ਇੰਨੇ ਹੀ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਜਕ ਹੋ ਆ ਜੀ ਹੋਇਆਂ ਬਿਆੰਤ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੇ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ